ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਵਾਰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸੰਬੰਧੀ ਜਿੱਥੇ ਵੱਡੇ ਵੱਡੇ ਪ੍ਰਚਾਰ ਕੀਤੇ ਗਏ ਸਨ, ਉੱਥੇ ਹੀ ਅੱਗ ਲਗਾਉਣ ਵਾਲਿਆਂ ਤੇ ਸੰਬੰਧਿਤ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਦੇ ਸਖਤ ਆਦੇਸ਼ ਜਾਰੀ ਕੀਤੇ ਸਨ, ਪਰ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਾਰੇ ਹੁਕਮ ਉਸ ਵੇਲੇ ਹਵਾ ਹੋ ਗਏ ਜਦੋਂ ਬਠਿੰਡਾ ਇਲਾਕੇ ਅੰਦਰ ਪਿਛਲੇ 3 ਦਿਨਾਂ ਤੋਂ ਅੱਤ ਦੇ ਅਸਮਾਨੀ ਚੜੇ। ਪਰਾਲੀ ਦੇ ਧੂਏ ਨੇ ਆਮ ਜਨ ਜੀਵਨ ਪੂਰੀ ਤਰ੍ਹਾਂ ਤਬਾਹ ਕਰਕੇ ਰੱਖ ਦਿੱਤਾ ਹੈ। ਸਵੇਰ ਸਮੇਂ ਸੂਰਜ ਸਹੀ ਚੜਦਾ ਹੈ, ਪਰ ਜਿਵੇਂ ਹੀ ਥੋੜੀ ਧੁੱਪ ਨਿਕਲਦੀ ਹੈ ਤਾਂ ਅਸਮਾਨ ਵਿੱਚ ਵੇਖਦਿਆਂ ਹੀ ਵੇਖਦਿਆਂ ਪਰਾਲੀ ਦਾ ਧੂਆਂ ਪੂਰੀ ਤਰ੍ਹਾਂ ਕਬਜ਼ਾ ਕਰ ਲੈਂਦਾ ਹੈ ਤੇ ਸ਼ਹਿਰ ਵਿੱਚ ਦੁਪਹਿਰ ਸਮੇਂ ਹੀ ਹਨੇਰੇ ਵਰਗੀ ਸਥਿਤੀ ਹੋ ਜਾਂਦੀ ਹੈ। ਉਹ ਆਪਣੇ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਜਾਂਦੇ ਦਿਖਾਈ ਦਿੰਦੇ ਹਨ। ਕੋਈ ਵੀ ਅਜਿਹਾ ਬਠਿੰਡਾ ਦਾ ਪਿੰਡ ਨਹੀਂ ਬਚਿਆ ਜਿੱਥੇ ਪਰਾਲੀ ਨੂੰ ਅੱਗ ਨਾ ਲੱਗੀ ਹੋਵੇ। ਤੁਹਾਨੂੰ ਦੱਸ ਦਈਏ ਕਿ ਰੋਲ ਮਾਡਲ ਕਿਸਾਨਾਂ ਨੇ ਵੀ ਆਪਣੇ ਖੇਤਾਂ 'ਚ ਰੱਜ ਕੇ ਪਰਾਲੀ ਨੂੰ ਅੱਗ ਲਗਾਈ। ਤੁਹਾਨੂੰ ਵਿਖਾਉਂਦੇ ਹਾਂ ਝੋਨੇ ਦੀ ਪਰਾਲੀ ਨੂੰ ਲੈ ਕੇ ਲੋਕਾਂ ਦਾ ਪ੍ਰਤੀਕਰਮ। ਪਰਾਲੀ ਦੇ ਧੂਏ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਇਸ ਟਾਈਮ ਜਿਹੜਾ ਮਾਹੌਲ ਆ ਉਹ ਵਾਤਾਵਰਨ ਬਹੁਤ ਖਤਰਨਾਕ ਵਾਤਾਵਰਨ ਬਣਿਆ ਵਾ। ਰਾਮਪੁਰਾ ਫੂਲ ਦੇ ਫੂਲ ਬਾਜ਼ਾਰ ਦੇ ਵਿੱਚ ਇਸ ਟਾਈਮ ਅਸੀਂ ਖੜ੍ਹੇ ਹਾਂ ਜਿੱਥੇ ਸਾਡੇ ਨਾਲ ਕੁਝ ਸ਼ਹਿਰ ਨਿਵਾਸੀ ਮੌਜੂਦ ਆ। ਇਹਨਾਂ ਨੂੰ ਰਾਏ ਲੈਂਦੇ ਹਾਂ ਕਿ ਇਹਨਾਂ ਦਾ ਜਿਹੜਾ ਹੈਗਾ ਪਰਾਲੀ ਨੂੰ ਜਿਹੜਾ ਅੱਗ ਲਾਉਣ ਦਾ ਸਿਲਸਿਲਾ ਲਗਾਤਾਰ ਪੂਰੇ ਪੰਜਾਬ ਦੇ ਵਿੱਚ ਜਾਰੀ ਆ। ਇਹਨਾਂ ਦਾ ਕੀ ਕਹਿਣਾ ਇਸ ਮਸਲੇ ਦੇ ਵਿੱਚ, ਗੱਲ ਕਰਦੇ ਹਾਂ ਕੁਝ ਸ਼ਹਿਰ ਨਿਵਾਸੀਆਂ ਨਾਲ। ਸਰ, ਪਰਾਲੀ ਦਾ ਜਿਹੜਾ ਧੂੰਆਂ ਗਾ ਉਹ ਪੂਰੇ ਪੰਜਾਬ ਦੇ ਵਿੱਚ ਇਸ ਟਾਈਮ ਬੜਾ ਬੁਰਾ ਹਾਲ ਆ। ਸਾਹ ਲੈਣ ਦੇ ਵਿੱਚ ਵੀ ਦਿੱਕਤ ਆ ਰਹੀ ਹੈਗੀ, ਕੀ ਕਹਿਣਾ? ਤਾਂ ਅਸੀਂ ਤਾਂ ਦੇਖੋ ਇਹੀ ਕਹਿਣਾ ਜੀ, ਨਾ ਤਾਂ ਕੋਈ ਗੌਰਮੈਂਟ ਕੁਛ ਕਰ ਰਹੀ ਆ ਅਤੇ ਨਾ ਕੁਛ ਜ਼ਿਮੀਦਾਰ ਕੁਛ ਕਰ ਰਹੇ ਆ। ਨਜਾਇਜ਼ ਫਾਇਦਾ ਉਠਾ ਰਹੇ ਆ ਇਸ ਗੱਲ ਦਾ। ਦੇਖੋ, ਸਰਕਾਰ ਨੂੰ ਇਹਨਾਂ ਦਾ ਕੋਈ ਕਾਨੂੰਨ ਬਣਾਉਣਾ ਚਾਹੀਦਾ ਸਖਤ ਤੋਂ ਸਖਤ। ਸਾਡੀ ਤਾਂ ਇਹੀ ਅਪੀਲ ਆ ਵੀ ਇਹਦਾ ਕੋਈ ਕਾਨੂੰਨ ਬਣਨਾ ਚਾਹੀਦਾ। ਪਬਲਿਕ ਦੀ ਡਿਮਾਂਡ ਆ, ਇਹਦੇ ਵਾਸਤੇ ਕਾਨੂੰਨ ਜਿਹੜਾ ਹੈਗਾ ਨਿਰਧਾਰਿਤ ਕੀਤਾ ਜਾਵੇ ਗੌਰਮੈਂਟ ਵੱਲੋਂ। ਬੜਾ ਮਾੜਾ ਹਾਲ ਆ, ਸਾਹ ਲੈਣ ਦੇ ਵਿੱਚ ਮੁਸ਼ਕਿਲ ਆ ਰਹੀ ਆ, ਬਿਮਾਰੀਆਂ ਫੈਲਣ ਜਿਹੜੀਆਂ ਹੈਗੀਆਂ ਸ਼ਹਿਰ ਦੇ ਵਿੱਚ। ਵੈਸੇ ਵੀ ਡੇਂਗੂ ਦੀ ਬਹੁਤ ਭਰਮਾਰ ਆ ਇਸ ਟਾਈਮ ਚੱਲ ਰਹੀ ਆ। ਕਈ ਕਿਸੇ ਇਸ ਤਰ੍ਹਾਂ ਦੇ ਹੋਏ ਆ ਵੀ ਲੋਕਾਂ ਨੂੰ ਸਾਹ ਦੇ ਨਾਲ ਨਾਲ ਡੇਂਗੂ ਹੋ ਗਿਆ, ਔਰ ਡੇਂਗੂ ਨਾਲ ਕੁਛ ਜਿਹੜੇ ਵਪਾਰੀ ਵਰਗ ਆ ਉਹਨਾਂ ਦੇ 1-2 ਬੰਦੇ ਦੀ ਮੌਤ ਵੀ ਹੋਈ ਆ। ਸਾਡੇ ਨਾਲ ਹੋਰ ਮੌਜੂਦ ਆ ਸ਼ਹਿਰ ਨਿਵਾਸੀ, ਇਹਨਾਂ ਨਾਲ ਗੱਲਬਾਤ ਕਰਦੇ ਹਾਂ, ਇਹਨਾਂ ਦਾ ਕੀ ਕਹਿਣਾ? ਸਰ, ਸਾਡੀ ਇੱਕ ਹੀ ਮੰਗ ਆ ਸਰਕਾਰ ਵੱਲੋਂ ਵੀ ਕੋਰਟ ਦੀ ਪਾਬੰਦੀ ਹੋਣ ਦੇ ਬਾਵਜੂਦ ਵੀ ਜਿਹੜੇ ਕਿਸਾਨ ਨੇ ਉਹਦੇ ਉੱਤੇ ਅਮਲ ਨਹੀਂ ਕਰ ਰਹੇ। ਇਹ ਦੇਖੋ, ਪਰਾਲੀ ਮਚਾਉਣ ਦੇ ਨਾਲ ਲੋਕਾਂ ਦਾ ਦੂਸ਼ਿਤ ਵਾਤਾਵਰਨ ਕਿੰਨਾ ਹੋਇਆ ਪਿਆ। ਲੋਕ ਇਸ ਤੋਂ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਨੇ। ਲੋਕ ਮਤਲਬ ਕਿ ਬਿਮਾਰੀ ਨਾਲ ਪੀੜਿਤ ਹੋ ਕੇ ਇਹਦੇ ਬਹੁਤ ਹੀ ਜ਼ਿਆਦਾ। ਸਾਡੇ ਨਾਲ ਹੋਰ ਮੌਜੂਦ ਦਰਸ਼ਕ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਕੀ ਕਹਿਣਾ ਤੁਹਾਡਾ? ਪਰਾਲੀ ਦਾ ਜਿਹੜਾ ਧੂੰਆਂ ਇਸ ਟਾਈਮ ਬਹੁਤ ਜ਼ਿਆਦਾ ਉੱਠ ਰਿਹਾ ਪੰਜਾਬ ਦੇ ਵਿੱਚ। ਜਿਹੜਾ ਧੂੰਆਂ ਜੀ, ਇਹਦੇ ਨਾਲ ਬੱਚਿਆਂ 'ਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ, ਉਹਨਾਂ ਨੂੰ ਸਾਹ ਲੈਣ 'ਚ ਪ੍ਰੋਬਲਮ ਆ ਰਹੀ ਹੈ ਅਤੇ ਇਹਨਾਂ 'ਤੇ ਕੰਟਰੋਲ ਕਰਨਾ ਚਾਹੀਦਾ। ਪਰਾਲੀ ਦਾ ਪੂਰਾ ਹੀ ਨੁਕਸਾਨ ਆ ਜੀ। ਦੇਖੋ, ਸਾਰਾ ਖੰਘ ਖਰਾਬ, ਗਲੇ ਖਰਾਬ ਹੋ ਗਏ ਸਾਰਿਆਂ ਦੇ ਜੀ, ਅੱਖਾਂ ਮਰੀਆਂ ਸਾਰਿਆਂ ਦੀਆਂ ਜੀ, ਐਕਸੀਡੈਂਟ ਹੋ ਰਿਹਾ, ਰੋਡ ਐਕਸੀਡੈਂਟ ਹੋ ਰਿਹਾ ਜੀ, ਨਹਿਰੇ ਕੋਲ ਹੋਇਆ ਐਕਸੀਡੈਂਟ ਹੋ ਰਿਹਾ। ਇਹ ਬੰਦ ਕਰਨਾ ਚਾਹੀਦਾ ਸਰਕਾਰ ਨੂੰ ਜੀ। ਜਿਹੜੇ ਵਪਾਰੀ ਆ ਉਹਨਾਂ 'ਤੇ ਕਿੰਨੇ ਕਿੰਨੇ ਟੈਕਸ ਲਾ ਰਹੀ ਆ, ਉਹਨਾਂ 'ਤੇ ਮਾੜੀ ਜੀ ਵੀ ਗੱਲ ਰੋਕ ਲਾ ਰਹੀ ਆ। ਕਿਸਾਨਾਂ 'ਤੇ ਕੋਈ ਸੁਣਵਾਈ ਨਹੀਂ ਹੈਗੀ, ਕਿੰਨੀਆਂ ਰੋਕ ਲਾਤੀਆਂ, ਸੁਪਰੀਮ ਕੋਰਟ ਨੇ ਰੋਕ ਲਾਤੀ ਰਹੀ, ਪ੍ਰਸ਼ਾਸਨ ਨੇ ਰੋਕ ਲਾਤੀ, ਫਿਰ ਵੀ ਕੋਈ ਸੁਣਵਾਈ ਨਹੀਂ। ਪਰਾਲੀ ਦਾ ਜਿਹੜਾ ਧੂੰਆਂ ਜੀ, ਉਹਦੇ ਨਾਲ ਸਾਹ ਲੈਣ ਦੇ ਵਿੱਚ ਵੀ ਇਸ ਟਾਈਮ ਜਿਹੜੀ ਹੈਗੀ ਆ ਮੁਸ਼ਕਿਲ ਆ ਰਹੀ ਆ। ਕਾਫੀ ਪੰਜਾਬ ਦੇ ਵਿੱਚ ਇਸ ਟਾਈਮ ਧੂਏ ਦਾ ਬੁਰਾ ਹਾਲ ਆ, ਅਤੇ ਤੁਹਾਡਾ ਹੀ ਕਹਿਣਾ? ਸਰ, ਸਾਡਾ ਕਹਿਣਾ ਜੀ ਐਂ ਵੀ ਕਿਸਾਨ ਤੋਂ ਬਾਹਰ ਹੈ ਹੁਣ, ਜਦੋਂ ਵਜ਼ੀਰ ਦਿਲ ਤਾਂ ਉਹਦਾ ਵੀ ਕਰਦਾ ਮਚਾਉਣ ਨੂੰ, ਉਹਦਾ ਵੀ ਜੀ ਨਹੀਂ ਕਰਦਾ ਜੀ ਮਚਾਵਾਂ, ਉਹਦਾ ਵਿੱਚ ਖੜਾ ਪਰਾਲੀ ਦੇ, ਹੁਣ ਤਾਂ ਜ਼ਿਆਦਾ ਹੀ ਧੂੰਆਂ ਆਉਂਦਾ। ਉਹਨੂੰ ਕੁਛ ਉਹ ਗੌਰਮੈਂਟ ਮਦਦ ਕਰੇ ਥੋੜ੍ਹੀ ਬਹੁਤੀ, ਪੈਸੋ ਟਕਾ ਹੋ ਸਕਦਾ, ਨਹੀਂ ਤਾਂ ਨਹੀਂ ਟਕਾ। ਕਿਸਾਨਾਂ ਦਾ ਜਿਹੜਾ ਕਹਿਣਾ ਕਿ ਜਿਹੜਾ ਹੈਗਾ ਸਰਕਾਰ ਨੂੰ ਵੀ ਕੁਛ ਜਿਹੜੀ ਹੈਗੀ ਆ ਮਦਦ ਕਰਨੀ ਚਾਹੀਦੀ ਆ, ਕੋਈ ਨਾ ਕੋਈ ਉਹਨਾਂ ਨੂੰ ਇਸ ਨਾਲ ਰਿਲੇਟਡ ਜਿਹੜਾ ਹੈਗਾ ਬੈਨੀਫਿਟ ਦੇਣੇ ਚਾਹੀਦੇ ਆ, ਅਤੇ ਨਹੀਂ ਤਾਂ ਇਹਨਾਂ ਦਾ ਕਹਿਣਾ ਵੀ ਇਸ ਜਿਹੜੀ ਚੀਜ਼ ਆ ਇਹਦਾ ਕੋਈ ਹੱਲ ਨਹੀਂ, ਇਹ ਹੋਰ ਵੀ ਵਧੂਗੀ। ਪਰ ਪਰਾਲੀ ਦਾ ਜਿਹੜਾ ਧੂੰਆਂ ਇਸ ਟਾਈਮ ਪੰਜਾਬ ਦੇ ਵਿੱਚ ਉੱਠ ਰਿਹਾ ਹੈਗਾ ਕਾਫੀ ਜ਼ਿਆਦਾ, ਤੁਸੀਂ ਦੇਖੋ ਅਸਮਾਨ ਦੇ ਵਿੱਚ, ਪੂਰੇ ਪੰਜਾਬ ਦੇ ਵਿੱਚ ਹੀ ਇਸ ਟਾਈਮ ਬਹੁਤ ਬੁਰਾ ਹਾਲ ਆ, ਅਤੇ ਤੁਹਾਡਾ ਹੀ ਕਹਿਣਾ? ਸਰ, ਪਰਾਲੀ ਜਿਹੜਾ ਧੂੰਆਂ ਇਹ 27 ਨਾਲ ਬੰਦ ਹੋਣਾ ਚਾਹੀਦਾ ਜੀ। ਜਿਹੜੀਆਂ ਪਰਾਲੀਆਂ ਸਾੜਦੇ ਹੈ ਉਹਨਾਂ 'ਤੇ ਪਰਚੇ ਹੋਣੇ ਚਾਹੀਦੇ ਹੈ। ਜਦੋਂ ਇੱਥੇ ਕੋਈ ਇੱਕ ਦੁਕਾਨਦਾਰ ਤੋਂ ਕੋਈ ਨਕਲੀ ਚੀਜ਼ ਹੈ ਜੋ ਗਲਤ ਕੰਮ ਕਰ ਰਿਹਾ, ਫੜੀਆਂ ਉਹਦੇ ਪਰਚਾ ਹੁੰਦਾ, ਜੇਲ੍ਹਾਂ ਜਾਂਦਾ, ਇਸ ਤਰ੍ਹਾਂ ਪਰਾਲੀ ਦੇ ਨਾਲ ਤਾਂ ਜਦੋਂ ਲੋਕਾਂ ਨੇ ਜਾਨਾਂ ਜਾ ਰਹੀਆਂ ਨੇ, ਐਕਸੀਡੈਂਟ ਹੋ ਰਹੇ ਨੇ। ਸਰਕਾਰ ਨੇ ਜਿਹੜਾ 200 ਰੁਪਇਆ ਬੋਨਸ ਦਿੱਤਾ ਹੈ, ਉਹ ਬੋਨਸ ਨੂੰ ਇਸ ਰੂਪ 'ਚ ਦੇ ਰਹੀ, ਜਿਹੜਾ ਪਰਾਲੀ ਦਾ ਸਰਟੀਫਿਕੇਟ ਦੇਊਗਾ ਵੀ ਨਹੀਂ ਜਲਾਈ, ਉਹਨੂੰ 200 ਰੁਪਇਆ ਐਕਸਟਰਾ ਬੋਨਸ ਸੀਗਾ ਉਸ ਰੂਪ 'ਚ ਦਿੰਦੀ। ਸਾਰੀਆਂ ਸਬਸਿਡੀਆਂ ਸਰਕਾਰ ਕਿਸਾਨਾਂ ਨੂੰ ਦੇ ਰਹੀ ਹੈ, ਕਿਸਾਨ ਫਿਰ ਵੀ ਡਰਾਉਂਦੇ ਆ, ਧਮਕਾਉਂਦੇ ਵੀ ਆਓ ਅਸੀਂ ਅੱਗ ਜਲਾਵਾਂਗੇ, ਸ਼ਰੇਆਮ ਧਮਕੀ ਦਿੰਦੇ ਆ, ਉਹਦੇ ਕੋਈ ਐਕਸ਼ਨ ਨਹੀਂ ਹੁੰਦਾ। ਜੇ ਆਮ ਬੰਦਾ ਕੋਈ ਗਾਲ ਕੱਢ ਦੇ ਉਹਨੂੰ ਕਹਿੰਦਾ ਜੇਲ੍ਹ 'ਚ।
ਵੋਟ ਰਾਜਨੀਤੀ ਹੈ। ਕੋਈ ਵੀ ਸਰਕਾਰ ਹੈ, ਮੈਂ ਇਹ ਕਹਿੰਦਾ ਕਾਂਗਰਸ ਸਰਕਾਰ ਹੈ, ਕੋਈ ਵੀ ਸਰਕਾਰ ਹੈ ਸਿਰਫ ਕਿਸਾਨੀ ਰੂਪੀ ਹੈ, ਹੋਰ ਜਿਹੜੇ 90% ਲੋਕ ਹੈ ਉਹਨਾਂ ਰੂਪੀ ਨਹੀਂ। ਤੁਹਾਡਾ ਸਰ ਕੀ ਕਹਿਣਾ ਜੀ ਇਸ ਮਸਲੇ ਨੂੰ ਲੈ ਕੇ? ਤੂੰ ਆਖਰ ਆਇਆ ਤਾਂ ਮਾੜਾ ਜੀ, ਅਸੀਂ ਧੂਏ ਦੇ ਵਿੱਚ ਹੀ ਜੂਝ ਰਹੇ ਹਾਂ, ਨਾਲ ਹੀ ਖੜੇ ਹਾਂ ਬਰਾਬਰ ਇਹਨਾਂ ਦੇ, ਪਰ ਸਾਡਾ ਸਰਕਾਰ ਹੱਲ ਕਰੇ, ਸਾਨੂੰ ਮਾਜਵਾ ਦੇਵੇ, ਸਾਡਾ ਜੀ ਨਹੀਂ ਕਰਦਾ ਜੀ ਲਾਉਣ ਨੂੰ। ਇਹ ਅਸੀਂ ਤਾਂ ਖੁਦ ਆਪ ਅੱਗ ਦੇ ਵਿੱਚ ਜਾ ਕੇ ਲਾਉਣੇ ਆ ਜੀ, ਵੀ ਸਰਕਾਰ ਨੂੰ ਸਾਡੇ ਮਾਜਵਾ ਦੇਵੇ ਜੀ, ਸੰਦਾਂ 'ਤੇ ਸਬਸਿਡੀਆਂ ਦੇਵੇ ਜੀ। ਸਰਕਾਰ ਇਸ ਚੀਜ਼ ਦਾ ਹੱਲ ਕਰੇ, ਸਾਡੇ ਬੱਚੇ ਬਾਹਰ ਮੱਚੀ ਜਾਂਦੇ ਹੈਗੇ, ਲਗਾਉਣਾ ਤਾਂ ਪੈਰ ਜਿਹੜੇ ਕਾਏ ਹੁੰਦੇ, ਜਿਹੜੇ ਕੱਪੜੇ 'ਤੇ ਕਾਲਸ ਚੜ੍ਹੀ ਹੁੰਦੀ ਉਹ ਘਰ ਆਉਂਦੇ ਆ, ਦੁਖੀ ਅਸੀਂ ਸਭ ਰੱਖ ਦਾਂਗੇ ਕਿਸਾਨ। ਕਿਸਾਨ ਆਪ ਆਪਣੀ ਹੈਗੀ ਆ, ਉਹ ਆਪ ਆਪਣਾ ਪ੍ਰਤੀਕਰਮ ਪੇਸ਼ ਕਰਦੇ ਆ, ਉਹ ਕਹਿੰਦੇ ਵੀ ਅਸੀਂ ਵੀ ਜਿਹੜੇ ਹੈਗੇ ਆ ਪਰਾਲੀ ਦੇ ਧੂੰਏ ਤੋਂ ਬਹੁਤ ਪਰੇਸ਼ਾਨ ਆ, ਪਰ ਇਹਦਾ ਕੋਈ ਸਰਕਾਰ ਨੂੰ ਜਿਹੜਾ ਹੈਗਾ ਕੋਈ ਢੁੱਕਵਾਂ ਜਿਹੜਾ ਹੱਲ ਕਰਨਾ ਚਾਹੀਦਾ, ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਸੇ ਤਰ੍ਹਾਂ ਅੱਗ ਲੱਗਦੀ ਰਹੀ ਪਰਾਲੀ ਨੂੰ ਤਾਂ ਜਿਹੜਾ ਬਹੁਤ ਵੱਡਾ ਜਿਹੜਾ ਨੁਕਸਾਨ ਆ ਉਹ ਕਿਸੇ ਟਾਈਮ ਪਬਲਿਕ ਨੂੰ ਝੱਲਣਾ ਪਊਗਾ। ਕੈਮਰਾਮੈਨ ਰਮਨਪ੍ਰੀਤ ਨਾਲ, ਜਸਵੀਰ ਔਲਖ, NC7 ਨਿਊਜ਼, ਰਾਮਪੁਰਾਪੁਰ। ਹੁਣ ਵੇਖਣਾ ਇਹ ਹੋਵੇਗਾ ਕਿ ਸਰਕਾਰ ਅਤੇ ਪ੍ਰਸ਼ਾਸਨ ਦੇ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਦੇ ਵੱਡੇ ਵੱਡੇ ਦਾਅਵੇ ਆਖਿਰ ਕਦੋਂ ਕੰਮ ਕਰਨਗੇ, ਜਾਂ ਸਿਰਫ ਅਖਬਾਰਾਂ ਦੀਆਂ ਸੁਰਖੀਆਂ ਤੱਕ ਹੀ ਸੀਮਤ ਰਹਿਣਗੇ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਰਾਮਪੁਰਾ ਫੂਲ ਤੋਂ ਜਸਵੀਰ ਔਲਖ ਦੀ ਰਿਪੋਰਟ, NC7 ਨਿਊਜ਼।